मानसा जिले के पिंड वोफर विखे सिलाई केंद्र खोलिया गया, जिसका उद्घाटन जिला परिषद मानसा के चेयरमैन बिक्रम सिंह वोफर ने किया। इस मौके एडीसी विकास अमरप्रीत कौर संधु, एसएम सरदूलगढ़ मनीषा राणा विशेष तौर पर पहुंचे। जिला प्रोग्राम मैनेजर जसविंदर कौर ने जानकारी देंदिया दस्या कि औरतों को आत्मनिर्भर करने के लिए इस तरह के उपराले किए जा रहे हैं। इस मौके वातावरण साफ सुथरा रखने लिए भी पौधे लगाए गए। इस मौके सरपंच चरणजीत सिंह रिंकू पलड़वाला, सरपंच जसविंदर सिंह गोरी मीरपुर कलां, पंचायत सकत्तर लखा सिंह आदि मौजूद सन। ਅੱਜ ਪਿੰਡ ਮੋਫਰ ਵਿਖੇ ਸਿਖਲਾਈ ਕੇਂਦਰ ਖੋਲ੍ਹਿਆ ਗਿਆ, ਇਸ ਬਾਰੇ ਜਾਣਕਾਰੀ ਦਿਓ। ਅੱਜ ਅਸੀਂ ਮੋਫਰ ਪੀਐਸਆਰ ਵਾਲੇ ਮੁੰਡੇ ਅਧੀਨ ਇੱਥੇ ਸਿਖਲਾਈ ਸੈਂਟਰ ਖੋਲ੍ਹਿਆ ਗਿਆ, ਜਿਹਦੇ ਵਿੱਚ ਆਪਣੇ ਮੇਰੀਆਂ ਭੈਣਾਂ ਨੂੰ ਰੁਜ਼ਗਾਰ ਮਤਲਬ ਦੇ ਤੌਰ ਦੇ ਉੱਤੇ ਮਸ਼ੀਨਾਂ ਦਿੱਤੀਆਂ ਗਈਆਂ ਨੇ, ਜਿਹਦੇ ਕਰਕੇ ਇਹ ਆਪਣਾ ਘਰ ਬਾਰ ਚਲਾ ਸਕਣਗੀਆਂ। ਅਤੇ ਜਿਹੜੇ ਅਸੀਂ ਸੈਲਫ ਹੈਲਪ ਗਰੁੱਪ ਹੈ, ਇਹਨਾਂ ਨੂੰ ਜਿਹੜੇ ਸਾਡੇ ਏ ਡੀ ਸੀ ਮੈਡਮ ਹੈ ਜਾਂ ਹੋਰ ਹੈ, ਸਾਰੇ ਅਸੀਂ ਇਕੱਠੇ ਹੋ ਕੇ ਇਹਨਾਂ ਦੇ ਜਿਹੜੇ ਸਭ ਤੋਂ ਵੱਧ ਪਿੰਡਾਂ ਦੇ ਵਿੱਚ ਗਰੁੱਪ ਫੋਰਮ ਕਰਵਾ ਰਹੇ ਹਾਂ ਤਾਂ ਕਿ ਇਹਨਾਂ ਨੂੰ ਆਪਣੇ ਰੁਜ਼ਗਾਰ ਚਲਾ ਸਕਣ, ਆਪਣਾ ਘਰ ਬਾਰ ਚਲਾ ਸਕਣ। ਸੈਲ ਲੇਡੀ ਸੈਲਫ ਮੈਨੇ ਜੋ ਅੱਜ ਪਿੰਡ ਮੋਫਰ ਵਿਖੇ ਸਮਾਗਮ ਕਰਵਾਇਆ ਗਿਆ ਹੈ, ਇਹ ਕਿਸ ਕੀ ਮਕਸਦ ਜੀ ਕਿਸ ਵਾਸਤੇ ਕਰਵਾਇਆ? ਹਾਂਜੀ, ਇਹ ਸੈਲਫ ਹੈਲਪ ਗਰੁੱਪਸ ਜਿਹੜੇ ਹੈਗੇ ਆ ਉਹਨਾਂ ਦਾ ਰੁਜ਼ਗਾਰ ਹੋਰ ਵਧਾਉਣ ਵਾਸਤੇ, ਸਾਡੀਆਂ ਭੈਣਾਂ ਨੂੰ ਹੋਰ ਅੱਗੇ ਆਮਦਨ ਵਧਾਉਣ ਵਾਸਤੇ ਅਸੀਂ 16 ਮਸ਼ੀਨਾਂ, ਹਾਈਟੈਕ ਮਸ਼ੀਨਾਂ ਪਿੰਡ ਮੋਫਰ ਦੇ ਵਿੱਚ ਰਖਵਾਈਆਂ ਹੈਗੀਆਂ, ਜਿਹੜੀਆਂ ਕਿ ਥਰਮਲ ਅਤੇ ਅੰਬੂਜਾ ਫਾਊਂਡੇਸ਼ਨ ਨੇ CSR ਫੰਡਸ ਤੋਂ ਵਿੱਚੋਂ ਦਿੱਤੀਆਂ ਹੈਗੀਆਂ, ਅਤੇ ਉਹ ਟ੍ਰੇਨਿੰਗ ਵੀ ਕਰਨਗੇ, ਮਾਰਕੀਟਿੰਗ 'ਚ ਵੀ ਹੈਲਪ ਕਰਨਗੇ, ਵਨ ਟਾਈਮ ਰੋ ਮਟੀਰੀਅਲ ਵੀ ਦੇਣਗੇ। ਕਹਿਣਾ ਚਾਹੁੰਦੀ ਹਾਂ, ਉਹਨਾਂ ਨੇ ਇਨੀਸ਼ੀਏਟਿਵ ਔਰ ਮੋਫਰ ਦਾ ਵੀ ਇਨੀਸ਼ੀਏਟਿਵ ਸਟਾਰਟ ਕੀਤਾ ਥਾ, ਜਹਾਂ ਪੇ ਆਲਮੋਸਟ 40 ਲੇਡੀਜ਼ ਕੋ ਸੈਲਫ ਇੰਪਲੋਇਮੈਂਟ ਮਿਲ ਰਿਹਾ ਹੈ, ਯਹਾਂ ਪੇ ਨਈ ਮਸ਼ੀਨਸ ਹੈ ਐਂਡ ਕਾਫੀ ਅੱਛੀ ਟੈਕਨੀਕੈਲਿਟੀਜ਼ ਕੇ ਸਾਥ ਹੈ, ਤੋ ਦਿਸ ਇਜ਼ ਅ ਵੈਰੀ ਗੁੱਡ ਇਨੀਸ਼ੀਏਟਿਵ। ਔਰ CSR ਫੰਡਿੰਗ ਸੇ ਕਰ ਰਹੇ ਹੈ, ਮਤਲਬ ਗਵਰਨਮੈਂਟ ਦਾ ਇਸਮੇ ਕੋਈ ਫੰਡ ਨਹੀਂ ਹੈ, CSR ਫੰਡਿੰਗ ਹੈ, ਤੋ ਬਹੁਤ ਹੀ ਅੱਛਾ ਇਨੀਸ਼ੀਏਟਿਵ, ਆਈ ਥਿੰਕ ਕਾਫੀ ਲੋਕਾਂ ਕੋ ਬਹੁਤ ਫਾਇਦਾ ਹੋ। ਥੈਂਕ ਯੂ ਮੈਮ। ਪੰਜਾਬ ਰਾਜ ਦੇ ਅਤੇ ਆਜੀਵਿਕਾ ਮਿਸ਼ਨ ਦੇ ਤਹਿਤ ਪਿੰਡ ਮੋਫਰ ਵਿਖੇ ਅੱਜ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਹੈ, ਇਸ ਸਕੀਮ ਦੇ ਤਹਿਤ ਅਸੀਂ ਜੋ ਸੈਲਫ ਹੈਲਪ ਗਰੁੱਪ ਦੀਆਂ ਲੇਡੀਜ਼ ਨੇਗੀਆਂ ਉਹਨਾਂ ਨੂੰ ਸਵੈ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਾਂ, ਜਿਸ ਦੇ ਵਿੱਚ ਸਾਨੂੰ ਅੰਬੂਜਾ ਸੀਮੈਂਟ ਫਾਊਂਡੇਸ਼ਨ ਵੱਲੋਂ ਸਹਿਯੋਗ ਦਿੱਤਾ ਗਿਆ। ਉਹਨਾਂ ਵੱਲੋਂ 16 ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ, ਜਿਨ੍ਹਾਂ ਦੇ ਤਹਿਤ ਅਸੀਂ 35 ਸੈਲਫ ਹੈਲਪ ਗਰੁੱਪ ਦੀਆਂ ਲੇਡੀਜ਼ ਨੂੰ ਇੱਕ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਾਂ।